ਅਤੇ ਜਨਾਬ ਹੈਲੋ ਆ 10,000 ਰੁਪਏ ਆ ਜੀ। ਹੈਲੋ ਬਿਸਮਿਲ੍ਲਾ, ਅੱਲਾਹ ਤਾਲਾ ਤੁਹਾਡੇ ਵਾਸਤੇ ਆਸਾਨੀਆਂ ਫਰਮਾਏ ਔਰ ਤੁਹਾਡੇ ਲੋਕਾਂ ਦੀ ਅੱਲਾਹ ਤਾਲਾ ਬਹੁਤ ਸੁਣਦਾ, ਉਹਦੀ ਕੀ ਰਜ਼ਾ ਹੈ, ਉਹਦੇ ਕੀ ਰੰਗ ਨੇ ਉਹ ਜਾਣਦਾ, ਅਤੇ ਸਾਲ ਜਿਹੜੇ ਦੋਸਤ ਇਸ ਕਾਰਵਾਂ 'ਚ ਸ਼ਾਮਿਲ ਨੇ ਉਹਨਾਂ ਵਾਸਤੇ ਦੁਆ ਫਰਮਾ ਦੇਣਾ। ਜਿਹੜੇ ਸਾਡੇ ਨਾਲ ਦੋਸਤ ਨੇ ਉਹਨਾਂ ਵਾਸਤੇ ਦੁਆ ਕਰ ਦੇਣਾ। ਬਸ ਜੀ, ਅੱਲਾਹ ਤੁਹਾਨੂੰ ਤੰਦਰੁਸਤੀ ਦੇ, ਅੱਲਾਹ ਤੁਹਾਨੂੰ ਸਿਹਤ ਦੇ, ਅਤੇ ਉਹਨਾਂ ਜਿਹੜੇ ਨਾਲ ਤੁਹਾਡੇ ਨੇ ਉਹਨਾਂ ਨੂੰ ਵੀ ਅੱਲਾਹ ਤੰਦਰੁਸਤੀ ਦੇਵੇ ਅਤੇ ਅੱਲਾਹ ਸਿਹਤ ਦੇਵੇ ਅਤੇ ਫਿਰਦੇ ਟੁਰਦੇ ਨਜ਼ਰ ਆਓ ਤੁਸੀਂ। ਜੇ ਤੁਹਾਨੂੰ ਸਾਡਾ ਚੈਨਲ ਅਤੇ ਸਾਡੀ ਵੀਡੀਓ ਪਸੰਦ ਆਈ ਹੈ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਨੂੰ ਬਰ ਵਕਤ ਮਿਲਦੀਆਂ ਰਹਿਣ। ਬਿਸਮਿਲ੍ਲਾ ਰਹਿਮਾਨ ਰਹੀਮ, ਨਾਜ਼ਰੀਨ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗ ਔਰ ਤੁਸੀਂ ਵੇਖ ਰਹੇ ਹੋ ਆਪਣਾ ABAG TV। ਜਿਸ ਤਰ੍ਹਾਂ ਕਿ ਨਾਜ਼ਰੀਨ ਪਤਾ ਕਿ ਅਲਹਮਦੁਲਿਲਾ ਮੈਂ ਪਾਕਿਸਤਾਨ ਵਾਪਸ ਆ ਚੁੱਕਿਆ ਔਰ ਖਿਦਮਤ ਇਨਸਾਨੀਅਤ ਦਾ ਸਿਲਸਿਲਾ ਜਿਹੜਾ ਦੁਬਾਰਾ ਤੋਂ ਸ਼ੁਰੂ ਹੋ ਗਿਆ। ਫਿਰ ਰਹਿਮਤਾਂ ਦਾ ਮਹੀਨਾ ਮਾਹ ਰਮਜ਼ਾਨ ਅਲਹਮਦੁਲਿਲਾ ਵੀ ਆ ਗਿਆ। ਬੇਸਕ ਇਹ ਮਹੀਨਾ ਜਿਹੜਾ ਰਹਿਮਤਾਂ ਦਾ ਮਹੀਨਾ ਵੀ ਹੈ, ਅੱਲਾਹ ਤਾਲਾ ਨੂੰ ਰਾਜ਼ੀ ਕਰਨ ਦਾ ਵੀ ਭਰਪੂਰ ਮਹੀਨਾ ਹੈ। ਇਹਦੇ ਵਿੱਚ ਅਸੀਂ ਜਿਹੜੀ ਨੇਕੀ ਕਰਨੇ ਹਾਂ ਉਹਦਾ ਅਜਰੋ ਅਜ਼ੀਮ ਬਹੁਤ ਜ਼ਿਆਦਾ ਹੈ। ਇਹ ਜ਼ਕਾਤ ਦਾ ਵੀ ਜਿਹੜੀ ਜ਼ਕਾਤ ਹੈ ਉਹਨਾਂ ਲੋਕਾਂ ਵਾਸਤੇ ਕਿ ਜਿਹੜੇ ਲੋਕ ਅੱਲਾਹ ਦੀ ਇਬਾਦਤ ਕਰਨੀ ਚਾਹੁੰਦੇ ਨੇ, ਰੋਜ਼ੇ ਨਹੀਂ ਰੱਖ ਸਕਦੇ, ਔਰ ਇਹ ਰੋਜ਼ਾ ਜਿਹੜਾ ਜਿਸਮ ਦੀ ਜ਼ਕਾਤ ਦਾ ਵੀ ਇਹ ਮਹੀਨਾ ਹੈ ਔਰ ਗਰੀਬ ਪਰਵਰੀ ਦਾ ਵੀ ਮਹੀਨਾ ਹੈ ਇਹਨੂੰ ਤੁਸੀਂ ਕਹੋ। ਇਹਦੇ ਇਸ ਮਹੀਨੇ ਦਾ ਸਾਰੇ ਮਹੀਨੇ ਅਫਜ਼ਲ ਨੇ, ਸਾਰੇ ਮਹੀਨੇ ਖੂਬਸੂਰਤ ਨੇ, ਲੇਕਿਨ ਰਮਜ਼ਾਨ ਦਾ ਮਹੀਨਾ ਜਿਹੜਾ ਹੈ ਇਹ ਅੱਲਾਹ ਦਾ ਇੱਕ ਖਾਸ ਐਸਾ ਮਹੀਨਾ ਜਿਹਦੇ 'ਚ ਤੁਸੀਂ ਉਹਦੀਆਂ ਰਹਿਮਤਾਂ ਦੇ ਭਰਪੂਰ ਬੁੱਲੇ ਲੁੱਟ ਸਕਦੇ ਹੋ। ਸੋ ਇਹ ਵੀ ਕਿ ਬਹੁਤ ਸਾਰੇ ਐਸੇ ਘਰ ਨੇ, ਸਾਡੇ ਕੋਲ ਇੱਕ ਲਿਸਟ ਬਣੀ ਪਈ ਹੈ ਜਿਨ੍ਹਾਂ ਤੱਕ ਅਸੀਂ ਜਾਣਾ ਔਰ ਉਹਨਾਂ ਨੂੰ ਅਸੀਂ ਰਾਸ਼ਨ ਵੀ ਪਹੁੰਚਾਉਣਾ ਔਰ ਇੱਕ ਫੇਰੇ 'ਚ ਹੀ ਅਸੀਂ ਉਹਨਾਂ ਦੀ ਈਦ ਦਾ ਵੀ ਬੰਦੋਬਸਤ ਕਰਨਾ ਹੈ ਤਾਂ ਕਿ ਮਤਲਬ ਉਹ ਆਪਣੇ ਵਾਸਤੇ ਕੋਈ ਇਹਤਮਾਮ ਕਰ ਸਕਣ ਔਰ ਉਹ ਵੀ ਭਰਪੂਰ ਰਹਿਮਤ ਦੇ ਬੁੱਲੇ ਜਿਹੜੇ ਨੇ ਉਹ ਲੁੱਟ ਸਕਣ। ਮੈਂ ਮੌਜੂਦ ਹਾਂ ਗੁਜਰਾਂਵਾਲਾ, ਅਤੇ ਗੁਜਰਾਂਵਾਲਾ ਜਨਾਬ ਮੇਰੇ ਨਾਲ ਨੇ ਜੀ ਮੁਹੰਮਦ ਰਿਆਜ਼ ਸਾਹਿਬ। ਮੁਹੰਮਦ ਰਿਆਜ਼ ਸਾਹਿਬ ਵਿਚਾਰੇ ਜਿਹੜੇ ਨੇ, ਅੱਲਾਹ ਤਾਲਾ ਇਹਨਾਂ ਵਾਸਤੇ ਆਸਾਨੀਆਂ ਫਰਮਾਏ। ਇਹਨਾਂ ਵਿਚਾਰਿਆਂ ਦਾ ਪਹਿਲਾਂ ਚੁਕਲਾ ਟੁੱਟ ਗਿਆ ਸੀ, ਇਹ ਮਜ਼ਦੂਰੀ ਕਰਦੇ ਨੇ, ਮਿਸਤਰੀਆਂ ਦੇ ਪਿੱਛੇ ਜਿਹੜੇ ਰਾਜ ਹੁੰਦੇ ਨੇ ਉਹਨਾਂ ਦੇ ਪਿੱਛੇ ਟੋਕਰੀ ਚੁੱਕਦੇ ਨੇ, ਦਾਬੜਾ ਚੁੱਕਦੇ ਨੇ ਮਤਲਬ। ਲੇਕਿਨ ਇਹਨਾਂ ਵਿਚਾਰਿਆਂ ਦਾ ਪਹਿਲਾਂ ਜਿਹੜਾ ਉਹ ਚੁਕਲਾ ਟੁੱਟ ਗਿਆ, ਉਹ ਚੁਕਲਾ ਹਾਲੇ ਪੂਰੇ ਤਰੀਕੇ ਨਾਲ ਠੀਕ ਨਹੀਂ ਸੀ ਹੋਇਆ ਔਰ ਸਾਡੇ ਪਾਕਿਸਤਾਨ 'ਚ ਮੋਟਰਸਾਈਕਲ ਦੀ ਸਵਾਰੀ ਆਮ ਹੈ, ਮੋਟਰਸਾਈਕਲ ਦੇ ਫਿਰ ਕਿਧਰੇ ਕਾਮੂ ਕੇ ਜਾ ਰਹੇ ਸਨ, ਐਕਸੀਡੈਂਟ ਹੋ ਗਿਆ ਔਰ ਇਹ ਲੱਤ ਜਿਹੜੀ ਇਹਨਾਂ ਦੀ ਬਹੁਤ ਬੁਰੇ ਤਰੀਕੇ ਨਾਲ ਫ੍ਰੈਕਚਰ ਹੋ ਗਈ, ਟੁੱਟ ਗਈ ਔਰ ਇਹ ਤੁਸੀਂ ਕਹਿ ਲਓ ਕਿ ਪਿਛਲੇ ਕਈ ਮਹੀਨਿਆਂ ਤੋਂ ਇਹ ਵਿਚਾਰੇ ਮੰਜੀ 'ਤੇ ਗਏ। ਇੰਨੀ ਕਿ ਉਹ ਜਿਹੜਾ ਥੋੜ੍ਹਾ ਬਹੁਤਾ ਟੁਰਨ ਫਿਰਨ ਲੱਗੇ ਸਨ, ਹਾਲੇ ਮੂਵਮੈਂਟ ਹੋਈ ਸੀ, ਲੇਕਿਨ ਇਹ ਦੁਬਾਰਾ ਉਹਦੇ 'ਤੇ ਚਲੇ ਗਏ। ਇਹ ਆਪਣੀ ਫੈਮਿਲੀ ਦੇ ਖੁਦ ਕਫੀਲ ਨੇ, ਇੱਕ ਮਜ਼ਦੂਰ ਜਿਹੜਾ ਹੈ ਮਤਲਬ ਉਹ ਕਿੰਨੇ ਕੁ ਪੈਸੇ ਕਮਾ ਲੈਂਦਾ, ਉਹ ਇੱਕ ਦਿਨ ਪਿੱਛੇ ਰਹਿ ਜਾਵੇ ਤਾਂ ਫਿਰ ਦੂਸਰੇ ਦਿਨ ਉਹਦੇ ਨਾਲ ਕੁਛ ਵੀ ਨਹੀਂ, ਪਿਛਲਾ ਦਿਨ ਮਿਲ ਹੀ ਨਹੀਂ ਸਕਦਾ ਔਰ ਇਹਨਾਂ ਦੇ ਟੋਟਲ 3 ਬੱਚੇ ਨੇ, ਬੇਟਾ ਇਹਨਾਂ ਦਾ ਸਭ ਕੁਛ ਛੋਟਾ ਹੈ ਔਰ 2 ਇਹਨਾਂ ਦੀਆਂ ਬੇਟੀਆਂ ਨੇ। ਅਤੇ ਸਾਡੀ ਦੁਆ ਹੈ, ਰਹਿਮਤਾਂ ਦਾ ਮਹੀਨਾ ਜਿਹੜਾ ਸ਼ੁਰੂ ਹੋ ਰਿਹਾ, ਅੱਲਾਹ ਤਾਲਾ ਇਹਨਾਂ ਵਾਸਤੇ ਆਸਾਨੀਆਂ ਫਰਮਾਏ, ਇਹਨਾਂ ਨੂੰ ਜਲਦੀ ਸਿਹਤ ਔਰ ਤੰਦਰੁਸਤੀ ਦੇਵੇ। ਅਤੇ ਇਹਨਾਂ ਨਾਲ ਅਸੀਂ ਗੱਲ ਕਰਨੇ ਹਾਂ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਅੱਛਾ, ਇਹ ਕੀ ਪਹਿਲਾਂ ਤਾਂ ਤੁਹਾਡਾ ਚੁਗਲਾ ਟੁੱਟਿਆ ਸੀ ਅਤੇ ਹੁਣ ਕੀ ਬਣਿਆ ਤੁਹਾਡੇ ਨਾਲ? ਪਹਿਲਾਂ ਚੁਗਲਾ ਟੁੱਟਾ ਹੈ, ਹੁਣ ਐਕਸੀਡੈਂਟ ਹੋਇਆ, ਲੱਤ ਟੁੱਟ ਗਈ ਜੇ, ਹੁਣ ਮੰਜੀ 'ਤੇ ਪਏ ਆਏ, ਸਿਵਲ ਹਸਪਤਾਲ ਗਏ ਆ, ਉਹਨਾਂ ਆਖਿਆ ਕਿ ਆਪਰੇਸ਼ਨ ਹੋਣਾ ਵੇ, 3 ਡਾਕਟਰ ਆਏ ਨੇ, ਉਹਨਾਂ ਆਖਿਆ ਕਿ ਆਪਰੇਸ਼ਨ ਹੋਣਾ, 1 ਡਾਕਟਰ ਨੇ ਆਖਿਆ ਕਿ ਨਹੀਂ ਆਪਰੇਸ਼ਨ ਨਹੀਂ ਕਰਨਾ, 21 ਦਿਨਾਂ ਬਾਅਦ ਫਿਰ ਸਹੀ ਕਰ ਵੇਖਾਂਗੇ, ਐਕਸਰੇ ਕਰਾਉਣੇ ਨੇ ਅਤੇ ਫਿਰ ਬਾਅਦ 'ਚ ਪਤਾ ਲੱਗੇਗਾ ਤੁਹਾਡਾ ਕਿ ਕੀ ਹਿਸਾਬ ਕਿਤਾਬ, ਆਪਰੇਸ਼ਨ ਹੋਣਾ ਜਾਂ ਕੀ ਹਿਸਾਬ ਕਿਤਾਬ ਕਰਨਾ ਵਾ, ਅਤੇ ਬੜੀ ਪਰੇਸ਼ਾਨੀ ਬਣੀ ਹੈ। ਅੱਛਾ, ਹੁਣ ਜਿਹੜਾ ਤੁਹਾਨੂੰ ਉਹਨਾਂ ਵੈਸੇ ਹੀ ਪਲਸਤਰ ਕਰ ਦਿੱਤਾ ਹੈ ਅਤੇ ਆਪਰੇਸ਼ਨ ਦਾ ਹਾਲੇ ਮਰਹਲਾ ਅੱਗੇ ਵੇ? ਹਾਂਜੀ, 21 ਦਿਨਾਂ ਬਾਅਦ ਬਾਅਦ 'ਚ ਹੋਣਾ ਆਪਰੇਸ਼ਨ ਦਾ ਮਸਲਾ, ਬਾਅਦ 'ਚ ਦੱਸਣਗੇ ਅਤੇ ਫਿਰ ਪਤਾ ਲੱਗੇਗਾ। ਪਹਿਲਾਂ ਆਉਂਦੇ ਹਾਂ ਕਿ 1.5 ਮਹੀਨੇ ਬਾਅਦ ਜਿਹੜਾ ਪਲਸਤਰ ਖੁੱਲ੍ਹ ਜਾਏਗਾ, ਅਤੇ ਹੁਣ ਉਹਨਾਂ ਪਰਚੀ ਦੇ ਉੱਤੇ ਲਿਖ ਦਿੱਤਾ ਕਿ 21 ਦਿਨਾਂ ਬਾਅਦ ਪਲਸਤਰ ਖੋਲ੍ਹ ਕੇ ਐਕਸਰੇ ਕਰਾਂਗੇ ਇਹਨਾਂ ਦੇ, ਅਤੇ ਫਿਰ ਇਹਨਾਂ ਨੂੰ ਦੱਸਾਂਗੇ ਕੁਛ, ਇਹ ਅਗਰ ਅੱਗੇ ਮਸਲਾ ਬਣਦਾ ਆਪਰੇਸ਼ਨ ਦਾ। ਅੱਛਾ, ਠੀਕ ਹੈ। ਅਤੇ ਇਹ ਲੱਤ ਇੱਕ ਜਗ੍ਹਾ ਤੋਂ ਟੁੱਟੀ ਹੈ, ਪੂਰੀ ਲੱਤ ਨੂੰ ਪਲਸਤਰ ਲੱਗਾ? ਇੱਥੋਂ ਗੋਡੇ ਤੋਂ ਪਿਛਾਂ ਉਂਝ ਹੀ ਬੰਨਿਆ, ਪਿੰਨੀ ਦੇ ਉੱਤੇ ਹੀ ਹੈ।
पिनी के उत्तों टुटी गई लत। हाँ जी पिनी के उत्तों लत टुट गई है तो उन्हें दसिया नहीं अजे कुछ कहते इक्की दिन बाद दसागे तुम दवाई लेके दी ने त्रै हज़ार की दवाई आँदी है भाई दह दिन की 10 दिन की 3000 रुपये की दवाई है। हाँ जी ठीक है। तो किस तरह फिर हम तुम अपना घर का निजाम किस तरह चल रहा है मकान किराए का तुहाडा मकान जो किराए से वे उस 7000 रुपया किराया पे मंगती है तो किराए से रहने पे बिजली का बिल भी आ जाता वे तो घर का निजाम चलता ही नहीं है सही बस गली महल आते ने चारे वेख के परेशान हो जाते हैं तो वह थोड़ा बहुत कोई अद्धा किलो दे जाता छा कोई पा दे जाता वे इस तरह करके मसला चलता पाया तो जुमेदार दिन इंसीडेंट होया वो मसला बनया तो परेशान होंगे ने पे गली महल आए भी। अच्छा तो जोड़ा वो सेहत कार्ड तो नहीं बनया या कोई फायदा होया तो सेहत कार्ड जो बनया जिन्ना वो फायदा उन्हें आख्या प्रेशन जोड़ा होना वे वो पहला कहते हैं कि प्रेशन सेहत कार्ड होना तो फिर तुहाडा प्रेशन होना तो जे ना होया तो फिर नहीं होना वो ये मसला बने तो सेहत कार्ड मेरा बनया ही तो वो आने कोई गल नहीं तुहाडा बने है कि नहीं बने 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 वो कोई गल नहीं तुहाडा इंशाल्लाह ट्रीटमेंट उत्थों हो जाएगी सन तुसीं आपणी लैणी है। हाँ जी उत्थों ही होना उन्हें दस उन्हें आख्या कि जिहड़ा काम होना उत्थों ही होना पर जिदन आया ने उदन च 4 बजे तो लाके पां जी दवाई बहरों आनी ही तो वह फिर उन्हें पहला छुट्टी दे दी तो बहरों दवाई लेके दी है वो दवाई लिया खान डे हैं तो हूँ मसला बड़ा डाउन जा रहा पैसा कोल कोई नहीं है तो 15 दिन रह गए सारे दवाई लियानी है वह पता नहीं हूँ की करते हैं की नहीं करते हैं। अच्छा ते जेडी ऑपरेशन वास्ते दवाई उन्होंने तुम्हें पहला लिख के देती है वो लिख के दी ने वह हूँ खाण डे आते हैं दर्द ना हो। अच्छा दर्द ना हो तो वो बाद जाने 15 रह गए सारे आते प्लस्तर खोला फिर तुम दसा एक्सरे करा तो फिर ताड़ा दसा वेख के एक्सरे कर ते हूँ बड़े परेशान होए हैं घर लम्या पे ते हूँ बड़े परेशान होए हैं घर लम्या पे हैं तो हूँ पैसा कोल कोई नहीं है कोई भी ना दवाई लीए तो ना उ हस्पताल जाने लिए तुम पता हस्पताल जाइए तो पैसे लगते ने फिर वो अच कभी इधर न पजाओ तो कभी इधर न पजाओ पजाते ने यह मसला। नाजरीन इस तरह के बहुत सारिया गरीब फैमलियाँ और नेक लोग जड़े ने वो बेचारे फकत आसमान अल मूँह करके अपना नाल उम्मीद ला के बैठे ने उदी वजह वे कि कुछ वक्त आ गया कुछ ऐसा दौर आ गया हर बंदा अपनी दौड़ी दौड़ी जा रहा है दूसरे का जड़ा देखना वो मुश्किल हो गया है तो सोया वे मैं समझ किसी नूं बंदा गरीब भी हो देना बंदा गरीब नहीं होंदा क्योंकि अल्लाह इज्जत का वादा है कि कोई कैसा के कोई कैसा बिजनेस अकाउंट तुहाडा तुसीं खोल दिओ कि जिहदे नाल अल्लाह तआला तुहानूं इक दे बदले 10 जिहड़े उह ते फौरी मतलब जिहड़े उतल जांदे ने कि उहदा जिहड़ा अजीम की है कि जदों रोज़े फिर असीं उत्थे उहदे हजूर उहदे बारगाह 'च पेश होवांगे सानूं पता लगेगा कि इहदा अजर और इस तरह के बहुत सारे लोग जिहड़े ने मेरा ख्याल है कि मेरे को इस टाइम कम से कम कोई 25 घरां दी लिस्ट जिहड़ी है वह बन चुकी है लेकिन इंशाअल्लाह तवक्कल अल्लाह रब्बुल इज़्ज़त ते वे और असीं उन्हां घरां 'च चुणना है और वो घर सारे ही डिजर्विंग ने और साड़ी भी कोशिश होंदी है कि इट जिहड़ी है वो सही जगह पर अपनी ते और असल जगह पर लगे असल जिहड़ा मामला सब तो जिहड़ा मुश्किल मामला है वह मामला है वे कि हकदार लोग जिहड़े ने वो तलाश करन लेकिन साढ़े मुआशरे च ये भी बड़ी वड्डी बिगाड़ हर बंदा ही कही जांदा मैं डिजर्विंग हाँ लेकिन सानू जांच करनी होएगी मैं सारे दोस्तों नूं भी कहांगा इस गल दी अच्छे तरीके नाल जिहड़ी है वो परख करो वरना साढ़े इत्थे तुहानूं पता है गदागरी जिहड़ी है मतलब इस रूज ते वे गदागर इन्ना कि जिहदी इंतहा को नहीं और सब लोग जिहड़े ने उह आ के सारे मामलात हुंदे ने उहनां दे ठीक है जी और
किन्ने क अच्छे वो पैसे कमाते हैं कि अंदाजा नहीं। दो घंटे दो तीन हज़ार रुपये उन्होंने वास्ते इकट्ठा कर मामूली जी गल है, किसी चौंक से किसी इशारे से बाजार फिर के दुकाना फिर के मामूली जी बात है। ये एक वाक्य भी है, मैं वो शेयर भी करा फिर इंशाल्लाह तुहाड़े नाल किसी दिन, लेकिन मैं सिर्फ ये कहना वा देख लेना कि किधर तुहाड़े पैसे जिहड़े ने वो ऐसे जिहड़े प्रोफेसनल लोग ने उन्होंने हाथ से नहीं आ रहे। तो अज मुमर सफल आए सन जनाब, असी इन वास्ते अलहमदुल्ला राशन लैके आए। राशन जिहड़ा साडा रमज़ान च उत्पन्न 50 किलो के लगभग होंदा जी, सवा मण के लगभग, ताकि किसी का भी कोई महीना जिहड़ा रमज़ान का फैमिली छोटी है या वड्डी है उदा अच्छा गुजर सके। और जनाब रियाज साहब वास्ते जिहड़ा अल्लाह इन्हां वास्ते आसानियां फरमाए, तो जनाब हलो 10,000 रुपये है जी। हलो बिस्मिल्ला, अल्लाह तला तुहाडे वास्ते आसानियां फरमाए और तुहाडे लोकां दी अल्लाह तला बहुत सुनदा है, उहदी की रज़ा है, उहदे की रंग ने उह जाणदा है। तो साल जिहड़े दोस्त इस कारवां च शामिल ने उन्हां वास्ते दुआ फरमा देना, जिहड़े साडे नाल दोस्त ने उन्हां वास्ते दुआ कर देना। वाह जी, अल्लाह तुहानूं तंदुरुस्ती दे, अल्लाह तुहानूं सेहत दे, ते उहनां नूं जिहड़े नाल ने जिहड़े नाल तुहाडे ने उहनां नूं अल्लाह तंदुरुस्ती देवे ते अल्लाह सेहत देवे ते फिरदे टुरदे नज़र आओ तुसीं। नाज़रीन, अल्लाह रब्बुल इज़्ज़त हमेशा अपनी हिफ्ज़ो ईमान च रखे। तंद की हज़ार नेमत है। मैं पहले भी कहना हुंदा कि असी करोड़ां और अरबां रुपया खर्च उंगली दा कपूटा नहीं खरीद सकते, अगर जिसम दे इक अज़ा तो मजबूर हो जाइए, अल्लाह ताला ऐसी घड़ी ऐसी आफत और तो महफूज रखे। इहदे नाल ही मैं तुहाडे कोल इजाजत चाहवांगा, फिर तुहाडी खिदमत चादर आवांगा किसी नवें वीडियो, उदों तक इजाजत, पाकिस्तान दा बाद। जे तुहानूं साडा चैनल ते साडी वीडियो पसंद आई है ते साडा चैनल सब्सक्राइब करो ताकि साडियां आने वाली नवीं वीडियो तुहानूं बर वक्त मिलदियां रहें।